ਪੰਜਾਬ ਵਿੱਚ ਬੀਐਡ ਵਿੱਚ ਐਡਮਿਸ਼ਨ ਲੈਣ ਲਈ ਐਲੀਜੀਬਿਲਟੀ ਕੀ ਹੈ? ਸਿਰਫ ਐਲੀਜੀਬਿਲਟੀ ਕਾਮਨ ਐਂਟਰੈਂਸ ਟੈਸਟ ਅਪੀਅਰ ਹੋਣ ਲਈ ਨਹੀਂ ਹੈ, ਬੀਐਡ ਵਿੱਚ ਐਡਮਿਸ਼ਨ ਲੈਣ ਲਈ ਐਲੀਜੀਬਿਲਟੀ ਹੈ। ਇਸ ਵਿੱਚ ਫਰਕ ਸਮਝ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜਨਰਲ ਕੈਟਾਗਰੀ ਲਈ ਗ੍ਰੈਜੂਏਸ਼ਨ 'ਚੋਂ ਜੇ 50% ਮਾਰਕਸ ਹੈ, ਬੇਸ਼ੱਕ ਉਹ ਗ੍ਰੈਜੂਏਸ਼ਨ ਹੋਵੇ ਜਾਂ ਪੋਸਟ ਗ੍ਰੈਜੂਏਸ਼ਨ ਹੋਵੇ, ਜਿਨ੍ਹਾਂ ਵਿਦਿਆਰਥੀਆਂ ਦੇ ਗ੍ਰੈਜੂਏਸ਼ਨ ਵਿੱਚ ਨੰਬਰ ਇੱਕ ਸਕੂਲ ਸਬਜੈਕਟ ਤੁਸੀਂ ਪੜ੍ਹਿਆ ਹੋਇਆ ਹੋਣਾ ਚਾਹੀਦਾ ਹੈ। ਦੂਸਰੇ ਨੰਬਰ 'ਤੇ ਹੈ, ਜੇਕਰ ਮੰਨ ਲਓ ਗ੍ਰੈਜੂਏਸ਼ਨ ਵਿੱਚੋਂ ਤੁਹਾਡੇ 49.9% ਮਾਰਕਸ ਨੇ, ਇਟ ਮੀਨਸ ਤੁਸੀਂ ਐਲੀਜੀਬਲ ਨਹੀਂ ਹੋ। ਫਿਰ ਜੇ ਪੀਜੀ ਨਾਲ ਕੀਤੀ ਹੋਈ ਹੈ ਤਾਂ ਉਹਦੇ ਵਿੱਚੋਂ 50% ਤੋਂ ਪਲੱਸ ਮਾਰਕਸ ਨੇ, ਹੈ ਨਾ, ਤਾਂ ਤੁਸੀਂ ਐਮਏ ਦੇ ਬੇਸ 'ਤੇ ਐਲੀਜੀਬਲ ਹੋ, ਪੋਸਟ ਗ੍ਰੈਜੂਏਸ਼ਨ ਦੇ ਬੇਸ 'ਤੇ ਐਲੀਜੀਬਲ ਹੋ। ਜਿਹੜੇ ਵਿਦਿਆਰਥੀ ਐਲੀਜੀਬਲ ਨਹੀਂ ਨੇ, ਉਹ ਪੋਸਟ ਗ੍ਰੈਜੂਏਸ਼ਨ ਕਰਕੇ ਉਸ ਲਈ ਐਲੀਜੀਬਲ ਬਣ ਵੀ ਸਕਦੇ ਹਨ। ਸੋ 5% ਦੀ ਰਿਲੈਕਸੇਸ਼ਨ ਲਿਖੀ ਗਈ ਹੈ ਜੋ ਪ੍ਰੋਸਪੈਕਟਸ ਵਿੱਚ ਐਸਸੀ ਅਤੇ ਬੀਸੀ ਕੈਟਾਗਰੀ ਲਈ ਹੈ। ਐਸਟੀ ਇਹਦੇ ਵਿੱਚ ਸ਼ਾਮਲ ਹੋਣਗੇ, ਇਹ ਮੰਨਿਆ ਜਾ ਸਕਦਾ ਹੈ, ਬਾਕੀ ਸਾਰੇ ਜਨਰਲ ਕੈਟਾਗਰੀ ਦੇ ਮੰਨੇ ਜਾਣਗੇ। ਸੋ ਗ੍ਰੇਡ ਜੇ ਤੁਹਾਡੇ ਹੈ ਤਾਂ ਉਹਨਾਂ ਨੂੰ ਮਾਰਕਸ ਵਿੱਚ ਕਨਵਰਟ ਕਰਕੇ 50% ਜਨਰਲ ਕੈਟਾਗਰੀ ਲਈ ਦੇਖੇ ਜਾਣਗੇ ਬਣਦੇ ਹਨ ਕਿ ਨਹੀਂ, 45 ਜਿਹੜੇ ਹੈ ਰਿਜ਼ਰਵ ਕੈਟਾਗਰੀ ਜਿਹੜੀ ਉੱਤੇ ਐਸ ਸੀ ਬੀ ਸੀ ਦੱਸੀ ਗਈ ਹੈ ਉਹਦੇ ਲਈ ਦੇਖੇ ਜਾਣਗੇ। ਇਸ ਤੋਂ ਇਲਾਵਾ ਤੁਹਾਨੂੰ ਕੰਬਾਈਂਡ ਐਂਟਰੈਂਸ ਟੈਸਟ ਕੁਆਲੀਫਾਈ ਕਰਨਾ ਪਏਗਾ ਜਨਰਲ ਕੈਟਾਗਰੀ ਲਈ। ਜਨਰਲ ਕੈਟਾਗਰੀ ਲਈ 25% ਮਾਰਕਸ ਘੱਟੋ ਘੱਟ ਲੈਣੇ ਪੈਣਗੇ ਕੰਬਾਈਂਡ ਐਂਟਰੈਂਸ ਟੈਸਟ ਲਈ, ਔਰ ਰਿਜ਼ਰਵ ਕੈਟਾਗਰੀ ਲਈ ਜਿਹੜੇ ਹੈ 20% ਮਾਰਕਸ ਨੇ ਉਹ ਲੈਣੇ ਪੈਣਗੇ। ਓਕੇ, ਸਬਜੈਕਟ ਬੇਸਡ ਐਡਮਿਸ਼ਨ ਹੋਏਗੀ। ਸਬਜੈਕਟ ਬੇਸ ਦਾ ਮਤਲਬ ਇਹ ਹੈ ਕਿ ਸਕੂਲ ਵਿੱਚ ਉਹ ਸਬਜੈਕਟ ਟੀਚ ਕੀਤਾ ਜਾਣਾ ਚਾਹੀਦਾ ਹੈ ਜਾਂ ਉਸ ਨਾਲ ਸੰਬੰਧਿਤ ਜਿਹੜੀ ਅਪਰੂਵਲ ਯੂਨੀਵਰਸਿਟੀ ਜਾਂ UGC ਜਾਂ NCT ਨੇ ਦਿੱਤੀ ਹੈ ਕਿ ਇਸ ਨੂੰ ਸਕੂਲ ਸਬਜੈਕਟ ਨਾਲ ਸੰਬੰਧਿਤ ਮੰਨਿਆ ਜਾਵੇ, ਉਸ ਦੇ ਬੇਸ 'ਤੇ ਐਡਮਿਸ਼ਨ ਹੋਏਗੀ। ਫੋਰ ਐਗਜ਼ਾਮਪਲ BTECH ਦੇ ਕੋਈ BBA ਦੇ ਬੱਚੇ ਨੇ, ਉਹ BBA ਦੇ ਫੋਰ ਐਗਜ਼ਾਮਪਲ ਉਹਨਾਂ ਨੂੰ ਕਮਰਸ ਵਿੱਚ ਕੰਸਿਡਰ ਕੀਤਾ ਜਾਂਦਾ ਹੈ, ਹੈ ਨਾ। ਸੋ ਇਸ ਤਰ੍ਹਾਂ ਜੇਕਰ ਤੁਸੀਂ ਡਾਇਰੈਕਟਲੀ ਸਕੂਲ ਸਬਜੈਕਟ ਪੜ੍ਹਿਆ ਹੈ, ਫੋਰ ਐਗਜ਼ਾਮਪਲ ਇੰਗਲਿਸ਼ ਸਕੂਲ ਸਬਜੈਕਟ ਹੈ, SST ਸਕੂਲ ਸਬਜੈਕਟ ਹੈ, ਹਿਸਟਰੀ, ਇਕਨੋਮਿਕਸ, ਪੋਲੀਟੀਕਲ ਸਾਇੰਸ, ਮੈਥਸ, ਸਾਇੰਸ, ਇਹ ਸਾਰੇ ਸਕੂਲ ਸਬਜੈਕਟ ਨੇ। ਸੋ ਸਕੂਲ ਸਬਜੈਕਟ ਬੇਸਡ ਐਡਮਿਸ਼ਨ ਹੋਏਗੀ। ਇਹਦਾ ਫਾਇਦਾ ਹੈ ਕਿ ਅੱਗੇ ਜਾ ਕੇ ਤੁਹਾਨੂੰ ਹਰ ਹਾਲਤ ਵਿੱਚ ਗਵਰਨਮੈਂਟ ਜੋਬ ਲਈ ਐਲੀਜੀਬਿਲਟੀ ਇਹਦੇ ਮੁਤਾਬਕ ਹੀ ਮਿਲੇਗੀ। ਸੋ ਇਸ ਤੋਂ ਇਲਾਵਾ ਕੀ ਹੋਰ ਹੈ ਕਿ ਇਹ ਲਾਈਨ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ, ਐਟਲੀਸਟ 50% ਮਾਰਕਸ ਆਈਦਰ ਇਨ ਬੈਚਲਰ ਡਿਗਰੀ ਇਨਕਲੂਡਿੰਗ ਗ੍ਰੈਜੂਏਸ਼ਨ ਡਿਗਰੀ ਇਨ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਔਰ ਮਾਸਟਰ ਡਿਗਰੀ ਇਨ ਐਨੀ ਸਟ੍ਰੀਮ। ਸੋ ਦੈਟ ਇਜ਼ ਆਲ। ਟੈਸਟ ਦੀ ਤਿਆਰੀ ਕਰਦੇ ਰਹੋ, ਥੋੜ੍ਹੀ ਥੋੜ੍ਹੀ ਵੀਡੀਓ ਜਿਹੜੀਆਂ ਪਾ ਰਿਹਾ ਹਾਂ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਪ੍ਰੀਵੀਅਸ ਈਅਰ ਦੇ ਕੁਸ਼ਚਨ ਮੇਰੇ 2022 ਦੇ ਪਏ ਨੇ ਸੋਲਵ ਕੀਤੇ ਹੋਏ, 2022 ਦਾ ਪੇਪਰ ਜਿਹੜਾ ਹੈ ਉਹ ਸੋਲਵ ਹੁਣ ਹੋ ਚੁੱਕਾ ਹੈ, ਨੀਚੇ ਲਿੰਕ ਹੋਏਗਾ, ਦੇਖ ਸਕਦੇ ਹੋ। ਥੈਂਕ ਯੂ ਡਾਕਟਰ ਤੀਰ ਸਿੰਘ। ਲਰਨ ਟੂ ਐਕਚੁਲਾਈਜ਼।